बहुत हुई एक अणखी जहा बंदा गा ओ मैनू कहिंदा यानी कि तुहाडा कहिंदा भावे आ वी जिहड़े मतलब ओ घोड़े वाले दीआं वीडियो प्रमोशन करदा सी घोड़े दे उहनां दी ਉਹਦਾ ਕਹਿਣਾ ਮਤਲਬ ਇਹ ਸੀ ਵੀ ਜਿਹੜਾ ਮਤਲਬ ਮੈਂ ਗਲਤ ਘੱਟ ਰੇਟ ਵਾਲੇ ਘੋੜਿਆਂ ਦੀਆਂ ਵੱਧ ਕੀਮਤਾਂ ਦੱਸ ਕੇ ਮਤਲਬ ਮੈਂ ਗਲਤ ਇਨਫੋਰਮੇਸ਼ਨ ਨਹੀਂ ਦੇ ਸਕਦਾ ਇਨਫੋਰਮੇਸ਼ਨ ਨਹੀਂ ਦੇ ਸਕਦਾ ਤੇ ਉਹ ਜਿਹੜੇ ਇਸ ਚੀਜ਼ ਦਾ ਬਿਜ਼ਨਸ ਕਰਦੇ ਨੇਗੇ ਔਰ 50-50 ਹਜ਼ਾਰ ਦੇ ਘੋੜਿਆਂ ਦੀਆਂ ਲੱਖ ਰੁਪਏ ਦੇ ਘੋੜੇ ਵਾਲੀ ਕੀਮਤ 50 ਲੱਖ ਦੱਸਣੀ ਹੈ ਉਹ ਕਹਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮੇਰੇ ਤੋਂ ਨਹੀਂ ਹੋਣੀਆਂ ਹੈਗੀਆਂ ਜਦੋਂ ਉਹਦੀਆਂ ਇਸ ਤਰ੍ਹਾਂ ਦੀਆਂ ਇੱਕ ਦੋ ਵੀਡੀਓ ਵਾਇਰਲ ਹੋਈਆਂ ਤਾਂ ਲੋਕਾਂ ਨੂੰ ਜਾਲਸਾਜ਼ੀ ਹੋ ਗਈ ਤੇ ਇੱਕ ਨੇ ਇਸ ਤਰ੍ਹਾਂ ਦੀਆਂ ਗੱਲਾਂ ਰਿਕਾਰਡਿੰਗ ਕਰ ਲਈਆਂ ਯਾਰੀ ਦੋਸਤੀ ਪਾ ਕੇ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਅਗਲੇ ਨੇ ਤੇ ਪੰਜਾਬੀਆਂ ਦਾ ਇੱਕ ਆਮ ਵੀ ਸੁਭਾਗ ਆ ਵੀ ਗੱਲ ਤੇ ਗਾਲ ਗੂਲ ਕੱਢ ਦੇਣੀ ਹਨਾ ਮੁੱਦਾ ਵਿੱਚ ਇਹ ਵੀ ਲੈ ਲਿਆ ਵੀ ਸਾਨੂੰ ਗਾਲਾਂ ਕੱਢੀਆਂ ਜੀ ਸਾਰੇ ਘੋੜੇ ਵਾਲੇ ਨੇ ਇਕੱਠੇ ਹੋ ਕੇ ਉਹਨਾਂ ਨੇ ਪਹਿਲਾਂ ਤਾਂ ਪੈਲਸ ਬੁੱਕ ਕੀਤਾ ਅੱਛਾ ਹਾਂ ਪੈਲਸ ਤਾਂ ਚਲੋ ਬਾਅਦ 'ਚ ਬੁੱਕ ਕੀਤਾ ਪਹਿਲਾਂ ਵੀ ਕਹਿੰਦੇ ਮਾਫੀ ਮੰਗ ਵੀ ਤੈਂ ਸਾਡੀ ਕਮਿਊਨਿਟੀ ਨੂੰ ਗਾਲਾਂ ਕੱਢੀਆਂ ਨੇ ਅੱਛਾ ਉਸਨੇ ਲਾਈਵ ਹੋ ਕੇ ਬਕਾਇਦਾ ਬੈਠ ਕੇ ਵੀਡੀਓ ਬਣਾ ਕੇ ਸਾਰਿਆਂ ਤੋਂ ਮਾਫੀ ਮੰਗੀ ਵੀ ਜੋ ਵੀ ਪੂਰਾ ਆਮ ਤਾਮ ਇਕੱਠਾ ਕੀਤਾ ਜੋ ਵੀ ਉਹਦੇ ਕਮਿਊਨਿਟੀ ਦੇ ਬੰਦੇ ਸੀਗੇ ਅੱਛਾ ਤੇ ਉੱਥੇ ਫਿਰ ਉਹਨੂੰ ਬੁਲਾਇਆ ਗਿਆ ਤੇ ਉਸ ਬੰਦੇ ਨੇ ਜੁੱਤੀਆਂ ਲਾ ਕੇ ਪੱਲਾ ਅੱਡ ਕੇ ਮਾਫੀ ਮੰਗੀ ਅੱਛਾ ਜੁੱਤੀਆਂ ਲਾ ਕੇ ਪੱਲਾ ਅੱਡ ਕੇ ਮਾਫੀ ਮੰਗੀ ਤੇ ਫਿਰ ਉੱਥੇ ਵੀ ਨਹੀਂ ਠਹਿਰੇ ਜਦੋਂ ਮਾਫੀ ਮੰਗੇ ਯਾਰ ਉੱਥੇ ਖੜਨ ਨੂੰ ਜੀ ਥੋੜੀ ਗੱਲ ਕਰ ਸਰਪੰਚ ਸਾਹਿਬ ਇੱਕ ਦੇ ਸੋਚਣ ਵਾਲੀ ਗੱਲ ਲੱਗੀ ਜਦੋਂ ਅਗਲੇ ਨੇ ਮਾਫੀ ਮੰਗ ਲਈ ਨੀਵਾਂ ਹੋ ਕੇ ਇੰਨੇ ਬੰਦਿਆਂ ਦੇ ਵਿੱਚ ਮਾਫੀ ਮੰਗ ਲਈ ਫਿਰ ਨਹੀਂ ਜੀ ਕਹਿੰਦੇ ਇੱਕ ਬੰਦੇ ਉਹ ਤੋਂ ਹੋਰ ਮਾਫੀ ਮੰਗੇ ਜਿਹੜਾ ਉਹ ਬੈਠਾ ਕਰ ਅੱਛਾ ਯਾਰ ਜਦੋਂ ਜਦੋਂ ਸਾਰਿਆਂ ਤੋਂ ਮਾਫੀ ਮੰਗ ਲਈ ਫਿਰ ਬਾਰ ਬਾਰ ਜਲੀਲ ਕਰਨ ਦੀ ਤਾਂ ਜਲੀਲ ਕਰਨ ਲੱਗੇ ਜਲੀਲ ਕਰਨ ਲੱਗ ਗਏ ਇਹ ਤਾਂ ਵੈਸੇ ਮਤਲਬ ਇੱਕ ਆਪਾਂ ਜੇ ਦੇਖਿਆ ਜਾਵੇ ਇੱਕ ਮਤਲਬ ਨਹੀਂ ਜੇ ਕੋਈ ਬੰਦਾ ਉਹਨਾਂ 'ਚ ਕੋਈ ਵੈਸੇ ਵੀ ਕੋਈ ਮਾੜੀ ਮੋਟੀ ਮੱਤ ਵਾਲਾ ਬੰਦਾ ਹੁੰਦਾ ਤਾਂ ਉਹ ਵੀ ਸਿਆਣਾ ਬੰਦਾ ਕਹਿ ਸਕਦਾ ਜੀ ਵੀ ਇੱਕ ਵਾਰੀ ਮਾਫੀ ਮੰਗੀ ਗਈ ਤਾਂ ਗੱਲ ਖਤਮ ਹੋ ਗਈ ਹਾਂ ਫਿਰ ਤੁਸੀਂ ਜਲੀਲ ਉਹਨੂੰ ਕਾਹਦੇ ਲਈ ਕਰਦੇ ਜਲੀਲ ਗੱਲ ਫਿਰ ਜੀ ਉਹ ਮਾਫੀ ਮੰਗ ਕੇ ਹੁਣ ਉੱਥੇ ਖੜਨ ਨੂੰ ਬੰਦੇ ਦਾ ਜੀ ਕਰਦਾ ਹੈਗਾ ਬਿਲਕੁਲ ਨਹੀਂ ਕਰਦਾ ਫਿਰ ਉਹ ਇੱਕੋ ਲੱਖ ਦੇ ਜਾਣੀ ਅੱਖਾਂ ਪੂੰਝਦਾ ਉਹਦੀਆਂ ਜ਼ੂਮ ਕਰ ਕਰਕੇ ਵੀਡੀਓ ਬਣਾਉਂਦੇ ਨੇਗੇ ਜਾਂਦੇ ਦੀਆਂ ਬਾਹਰ ਨਿਕਲਦੇ ਦੀਆਂ ਅੱਛਾ ਫਿਰ ਉੱਥੇ ਵੀ ਨਹੀਂ ਠਹਿਰੇ ਹੈਗੇ ਨਹੀਂ ਜੀ ਉਹਨੂੰ ਦੁਬਾਰੇ ਮੋੜ ਕੇ ਲੈ ਕੇ ਆਓ ਅੱਛਾ ਉਹਨਾਂ ਨੂੰ ਉਹਨਾਂ ਜਲੀਲ ਜਿੰਨਾ ਜਲੀਲ ਬੰਦਿਆਂ ਦੇ ਵਿੱਚ ਜਲੀਲ ਹੋਇਆ ਫਿਰ ਉਹਦੇ ਵਿੱਚ ਬਿਠਾ ਹੋ ਅੱਛਾ ਫਿਰ ਬੈਠੋ ਜੀ ਅਸੀਂ ਕਿਹੜਾ ਕੁਝ ਕਹਿੰਦੇ ਹਾਂਗੇ ਹਜੇ ਕਹਿਣ ਵਾਲੀ ਸਾਰੀ ਕਸਤ ਰਹੇਗੀ ਹਾਂ ਹੈ ਪੱਲਾ ਅੱਡਣਾ ਪੈ ਗਿਆ ਅਗਲੇ ਨੂੰ ਜੁੱਤੀਆਂ ਲਾਉਣੀਆਂ ਪੈ ਗਈਆਂ ਹੈ ਫਿਰ ਤੁਸੀਂ ਕਹਿੰਦੇ ਹੋਗੇ ਵੀ ਇਹ ਜਲੀਲ ਵਾਲੀ ਕੋਈ ਕਸਰ ਤਾਂ ਰਹੀ ਨਹੀਂ ਹੈਗੀ ਫਿਰ ਤੁਸੀਂ ਕਹਿੰਦੇ ਵੀ ਨਾ ਉਹਨੂੰ ਉਹਨਾਂ ਬੰਦਿਆਂ ਦੇ ਵਿੱਚ ਦੁਬਾਰੇ ਲਿਆ ਕੇ ਫਿਰ ਬਿਠਾਓ ਅੱਛਾ ਉਹਨੂੰ ਉੱਥੇ ਦੁਬਾਰੇ ਫਿਰ ਲਿਆ ਕੇ 15 ਬਿਠਾਇਆ ਗਿਆ ਇਹਦਾ ਬਹੁਤ ਮਾੜੀ ਗੱਲ ਕੀਤੀ ਹੈ ਫਿਰ ਮੈਂ ਇਹਦਾ ਸਿਰਫ ਫੈਨ ਨਹੀਂ ਸਿਰਫ ਮੇਰੇ ਨਾਲ ਇੱਕ ਦੋ ਮਿੰਟ ਨਾਲ ਫੋਨ ਤੇ ਗੱਲ ਹੋਈ ਆ ਸਾਡੀਆਂ ਲੰਬੀਆਂ ਗੱਲਾਂ ਕਦੇ ਨਹੀਂ ਹੋਈਆਂ ਹੈਗੀਆਂ ਮੈਂ ਇਹਦੇ ਫੇਸ ਟੂ ਫੇਸ 10 ਫੁੱਟ ਦੀ ਦੂਰੀ ਤੇ ਵੀ ਨਹੀਂ ਕਦੇ ਮੈਂ ਖੜਿਆ ਇਸ ਦੇ ਨਾਲ ਬਟ ਇਹਦੀਆਂ ਵੀਡੀਓ ਅਸੀਂ ਫੋਲੋ ਕਰਦੇ ਰਹਿੰਦੇ ਹਾਂਗੇ ਨਹੀਂ ਬਾਕੀ ਵੈਸੇ ਵੀ ਆਪਾਂ ਸਮਾਜ 'ਚ ਰਹਿੰਦੇ ਹਾਂ ਆਪਾਂ ਐਕਚੁਅਲੀ ਜੇ ਕੋਈ ਸਮਾਜ ਦੇ ਵਿੱਚ ਗਲਤ ਗੱਲ ਹੈ ਕਿ ਹੁਣ ਇੱਕ ਹੁਣ ਆਪਾਂ ਖੁਦ ਵੀ ਪੰਚਾਇਤੀ ਰਹੇ ਹਾਂ ਅਸੀਂ ਮੈਂ ਸਰਪੰਚ ਰਹਾਂਗਾ ਅਗਰ ਕੋਈ ਕਿਸੇ ਤੋਂ ਗਲਤੀ ਮਨਾਉਣੀ ਵੀ ਹੁੰਦੀ ਹੈਗੀ ਤਾਂ ਇੱਕ ਵਾਰੀ ਬੰਦੇ ਤੋਂ ਗਲਤੀ ਮਨਾ ਕੇ ਉੱਥੇ ਗੱਲ ਖਤਮ ਕੀਤੀ ਜਾਂਦੀ ਆ ਪਰ ਆਪਾਂ ਜਿਸ ਸਮਾਜ ਮੈਂ ਤਾਂ ਕਦੇ ਮਿਲਿਆ ਵੀ ਨਹੀਂ ਹੈਗਾ ਲੇਕਿਨ ਮੈਂ ਫਿਰ ਵੀ ਤੁਹਾਡੀ ਵੀਡੀਓ ਦੇਖੀ ਤੇ ਉਹਨੂੰ ਮੈਂ ਵੀਡੀਓ ਨੂੰ ਸੁਣ ਕੇ ਦੇਖਿਆ ਵੀ ਇੰਨਾ ਬੰਦੇ ਦੇ ਨਾਲ ਨਜਾਇਜ਼ ਧੱਕਾ ਜਿਹੜਾ ਕੀਤਾਗਾ ਹਾਂ ਮਤਲਬ ਉਹਦਾ ਪੂਰੀ ਜਾਣਕਾਰੀ ਲਈਏ ਤੇ ਵੀ ਇਹ ਗੱਲ ਕੀ ਹੋਈ ਸੀ ਅੱਛਾ ਫਿਰ ਮੁੱਦਾ ਬਣਾਇਆ ਗਿਆ ਜੀ ਇਹ ਸਾਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ ਸੀਗਾ ਉਹ ਐਡੇ ਰੁਤਬੇ ਦਾ ਉਹ ਬੰਦਾ ਹੀ ਨਹੀਂ ਹੈਗਾ ਜਰਾ ਆਪਾਂ ਇੱਕ ਫਰੈਂਡਲੀ ਤੌਰ ਤੇ ਫੋਨ ਤੇ ਆਪਾਂ ਆਮ ਗਾਲ ਗੁਲ ਕੱਢ ਹੀ ਦਿੰਦੇ ਹਾਂ ਜੀ ਤੇ ਦੂਸਰੀ ਗੱਲ ਇਹ ਵੀ ਹੈਗੀ ਸਰਪੰਚ ਬਈ ਜਦੋਂ ਆਪਾਂ ਨੇ ਗੱਲਬਾਤ ਹੋ ਗਈ ਉਹ ਇੱਕ ਬੰਦੇ ਕੋਲ ਇੱਕ ਬੰਦੇ ਦੇ ਮੋਬਾਈਲ ਦੇ ਵਿੱਚ ਹੀ ਹੈਗੀ ਚਲੋ ਉਹਨੇ ਤੁਹਾਨੂੰ ਦੱਸਤੀ ਮੈਜੋਰਟੀ ਵਾਲੇ ਬੰਦਿਆਂ ਨੂੰ ਦੱਸਤੀ ਵੀ ਆਪਾਂ ਨੂੰ ਇਹ ਸਾਰੇ ਬੰਦਿਆਂ ਨੂੰ ਐਂ ਕਹਿੰਦਾ ਗਾ ਤੁਸੀਂ ਘਰੇ ਜਾਵੋ ਘਰੇ ਜਾ ਕੇ ਉਹਦੇ ਨਾਲ ਇਕੱਲੇ ਨਾਲ ਬੈਠ ਕੇ ਗੱਲਬਾਤ ਕਰ ਲਓ ਹੈਨਾ ਤੇ ਫਿਰ ਤੁਸੀਂ ਜੀ ਪੈਲਸ ਬੁੱਕ ਕਰ ਦਿਓਗੇ ਉਹਦੇ ਵਾਸਤੇ ਹਾਂ ਤੁਸੀਂ ਮਤਲਬ 10 ਬੰਦਿਆਂ ਦੇ ਵਿੱਚ ਉਹ ਮਾਫੀ ਜੁੱਤੀਆਂ ਲਾ ਕੇ ਕੀ ਉਹ ਹੱਥ ਜੋੜ ਕੇ ਪੱਲਾ ਅੱਡ ਕੇ ਕੀ ਉਹ ਤਾਂ ਤੁਹਾਡੇ ਪੈਰੀਂ ਹੱਥ ਕੱਲਾ ਪੈਰਾਂ ਨੂੰ ਕੱਲੇ ਕੱਲੇ ਦੇ ਪੈਰੀਂ ਹੱਥ ਲਾ ਕੇ ਵੀ ਮਾਫੀ ਮੰਗ ਲੈਂਦਾ ਇੰਨੇ ਨਰਮ ਸੁਭਾਅ ਦਾ ਬੰਦਾ ਪਰ ਇਦਾਂ ਮਤਲਬ ਉਹਨੂੰ ਜਲਾਲ ਜਲੀਲ ਕਰਨਾ ਦੁਨੀਆ ਦੇ ਵਿੱਚ ਸਾਰੀ ਚ ਫਿਰ ਉਹਦੀ ਬੰਦੇ ਦੀ ਆਪਦੀ ਫਿਰ ਵੀਡੀਓ ਬਣਾ ਬਣਾ ਕੇ ਉਹਦੀਆਂ ਵਾਇਰਲ ਕੀਤੀਆਂ ਨੇ ਉਹਦਾ ਚੈਨਲ ਚੱਲਦਾ ਫਿਰ ਤੁਹਾਡੇ ਕੰਮ ਨਾਲ ਸੰਬੰਧਤ ਹੈ ਤੁਹਾਡੇ ਹੀ ਘੋੜਿਆਂ ਨੂੰ ਪ੍ਰਮੋਟ ਕਰਦਾ ਰਿਹਾ ਹੈਗਾ ਬਿਲਕੁਲ ਅਗਰ ਆਪਾਂ ਦੇਖਿਆ ਜਾਵੇ ਤਾਂ ਤੁਹਾਨੂੰ ਹੀ ਉਹ ਪ੍ਰਮੋਸ਼ਨ ਕਰਦਾ ਰਿਹਾ ਤੁਹਾਡੀ ਹੀ ਪ੍ਰਮੋਸ਼ਨ ਕਰਦਾ ਸੀਗਾ ਉਹ ਲੇਕਿਨ ਉਹਨੇ ਤਾਂ ਗੱਲ ਇਹੀ ਕਹੀ ਆ ਵੀ ਮੈਂ ਗਲਤ ਗੱਲ ਪ੍ਰਮੋਟ ਨਹੀਂ ਕਰਨੀ ਹੈਗੀ ਗਲਤ ਗੱਲ ਪ੍ਰਮੋਟ ਮੈਂ ਮਤਲਬ ਜਿਹੜਾ ਹੈਗਾ ਗਲਤ ਘੱਟ ਰੇਟ ਵਾਲੀ ਚੀਜ਼ ਨੂੰ ਵੱਧ ਨਹੀਂ ਦੱਸਣਾ ਠੀਕ ਆ ਅਗਲੇ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਹੈਗੀ ਮਾਫੀ ਮੰਗਣ ਤੋਂ ਬਾਅਦ ਤਾਂ ਉਸਦੀ ਇੱਕ ਵੀਡੀਓ ਹੋਰ ਵੀ ਫਿਰ ਉਹਨੇ ਵਾਇਰਲ ਕੀਤੀ ਆ ਮੁੰਡੇ ਨੇ ਲੋਕਾਂ ਵਾਲੇ ਨੇ ਵੀ ਕਹਿੰਦਾ ਮੈਂ 3 ਸਾਲ ਲਈ ਜੇ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਤੁਹਾਡੀਆਂ ਦਿੱਤੀਆਂ ਹੋਈਆਂ ਰੋਟੀਆਂ ਤੇ ਪਲਦਾਂਗਾ ਕਹਿੰਦਾ ਮੈਂ 3 ਸਾਲ ਲਈ ਤੁਹਾਡੇ ਵਾਸਤੇ ਕੰਮ ਨਹੀਂ ਕਰੂੰਗਾ ਮੈਂ ਫੀਲਡ ਤੋਂ ਅਲੱਗ ਹੋ ਕੇ ਕੰਮ ਕਰੂੰਗਾ ਜਿਹੜਾ ਮੇਰਾ ਪਿਆਰ ਮੇਰੇ ਨਾਲ ਪਿਆਰ ਕਰਦਾ ਕੋਈ ਘੋੜਾ ਪਾਲਕ ਤਾਂ ਮੈਂ ਉਹਦੀ ਦਾ ਪ੍ਰਮੋਸ਼ਨ ਕਰ ਦੂੰਗਾ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਡੀਆਂ ਰੋਟੀਆਂ ਤੇ ਪਲਦਾ ਸੀਗਾ ਵੀ ਸਾਡੇ ਸਿਰ ਤੋਂ ਇਹ ਉੱਠਿਆਗਾ ਕਹਿੰਦਾ ਮੈਂ 3 ਸਾਲ ਲਈ ਮੈਂ ਕਿਸੇ ਘੋੜੇ ਵਾਲੀ ਫੀਲਡ ਦੇ ਵਿੱਚ ਨਹੀਂ ਆਊਂਗਾ ਆਹ ਬੰਦੇ ਨੇ ਠਣਕਾ ਕੇ ਗੱਲ ਕਹੀ ਆ ਫਿਰ ਕੀ ਜਾ ਰਹੀ ਚਿੱਤ ਰਹੀ ਇਹਨਾਂ ਬੰਦੇ ਇਹ ਤਾਂ ਗੱਲ ਇਹ ਹੈ ਕਿ ਦਿਨ ਦਾ ਦੇ
ये मतलब जे हमदर्द ने गे वो हमदर्द भी दुनिया के बहुत वधे ने गए अज अगर उन्होंने यही गल इलाज करते हो तो लोग हमदर्द भी करोड़ों के बहुत वर्ल्ड लैवल से फेमस हो गया वह बंदा जो उन्होंने थले सुटने की कोशिश की हाँ तो वर्ल्ड लैवल से फेमस हो चुका है बहुत चलो जी असं तो दर्शकों को एक सिर्फ जानकारी देने की खातर ये जी इंटरव्यू की ता कि जरा अगर अज यह सौंपी सरदार के नाल कोई बंदे इस तरह गलत कर सकते हैं तो कल गलत किसी नाल भी कर सकते हैं सो यह जी वीडियो आ गई असी अपना साढ़े जो सीले टीवी ते फुकरे कहता किता नहीं किता क्यों नहीं जी झूठे भी कहता गाला भी कड़ता वह वीडियो तो मूहरे रखांगे जिहड़ियां ने गाला कढ़ियां दूजी गल किते दी जिहड़ी गल करदा थोनू पता है चीज तो किन्ने दा रुजगार चलदा जे मेरे को दो घोड़े आ मैं एक मुंडा रखा होया 8-10 हज़ार ओरी तनखा फिर मैं जवी वाल तो जवी लेना जवी कौन बीजदा ये लोपो वाला बीजदा सारे किसान बीजते हैं छोले कौन बीजदा किसान बीजते हैं असि फिर उन्होंने तो फसल लेने फसल लेके असि घोड़े पाने ता उस चीज न कला घोड़ा व्यापारी शौकिया का नहीं सारे लोगों का किता चलता कोई बंदा काम करता किसी का भो बिकता किसी के छोले बिकते किसी मूंगफली राजस्थानिया बेचार आके मूंगफली बिकती है इतने राजस्थानी मुंडे आके अपने पंजाब काम करते अपने मुंडे करते पर वह भी आके करते इतने वधिया इन्हों तनखाह दे दी आपकी रोटी इतों चली दसो पहला की करता सी ये मैं आ जड़े दूजे मच्छी मोटर आले कदे कूलर आले जा वड़दा उन्हां नूं भी इह रिक्वेस्ट करदा किसे नूं भी इहनूं बुलाउण दी लोड़ नहीं पहलां थोड़े घरां च वड़दा घर दा भेती आ इह बंदा थोड़े पहलां घरां च वड़दा घर च वड़ के भेत लैंदा किन्ने दा घोड़ा इह किन्ने दा विकदा किन्ने बंदे काम करदे आ फिर मैनूं इहदे ते इह शक आ भी इही फिर अगे गैंगस्टरां नूं दसदा भी इहदे कोल इन्ने पैसे इहनूं फोन करो क्योंकि अपमानदा इह गल इस वास्ते इहनूं कोई भी आपदे किसे कित्ते च किसे काम च इहनूं घरे ना बुलावे घर दा भेत फिर इह बाहर दिंदा जिवें इहने आह दित्ता इत्थे इस वास्ते ऐतवार दा अपना टाइम आ मैं सारिआं नूं कहिंदा इह किसे दा भी साडा इक नहीं है इत्थे कोई प्रधान नहीं है इत्थे सारे असीं आपदे आपो आए हाँ किसी ने सानूं कहा नहीं असीं इहदी कॉल ते आए हाँ इहने वीडियो पाई सी असीं तां घोड़े शौक नूं दो रखे हुए आ जे साडी गल करिए असीं तां इहदी यूट्यूब ते वीडियो देखी फुकरे दसदा है असीं इहनूं पुछणा फुकरे किहनूं दसदा की हुंदे आ फुकरे तां दस्सांगे असीं जो साडे मूहरे आया ਤਾਂ ਅਸੀਂ ਆਪੋ ਆਪੇ ਇੱਥੇ ਆਏ ਹਾਂ ਸਾਰੇ ਆਏ ਨੇ ਆ ਬਾਕੀ ਭਰਾਵਾਂ ਦੇ ਤੁਸੀਂ ਵਿਚਾਰ ਲੈ ਲਓ ਜਸਪਾਲ ਸਿੰਘ ਜੀ ਹਾਂਜੀ ਬਾਈ ਜੀ ਇਹ ਜੋ ਅੱਜ ਸਾਰੇ ਘੋੜਾ ਪ੍ਰੇਮੀ ਇੱਥੇ ਇਕੱਠੇ ਹੋਏ ਆ ਉਹ ਇੱਕ ਬਹੁਤ ਪੁਰਾਣਾ 20 ਦਿਨ ਪਹਿਲਾਂ ਤੋਂ ਮੈਸੇਜ ਹੈ ਇਹਦੇ ਵੀ ਮੌਕੇ ਤੇ ਹੀ ਸੱਦਿਆ ਗਿਆ ਸਾਰੇ ਭਰਾਵਾਂ ਨੂੰ ਇਹ ਨੋਟ ਕੀਤਾ ਸੀ ਬਹੁਤ ਚਿਰ ਪਹਿਲਾਂ ਦਾ ਉਹਦੀ ਆਡੀਓ ਤੇ ਹੀ ਇੱਥੇ ਸਾਰੀ ਗੰਗ ਨੂੰ ਪਹੁੰਚੀ ਹੈ ਜੋ ਕਿ ਉਹ ਆਪਦੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖੇ ਕਿ ਉਹਦੇ ਕੋਲ ਪਹਿਲਾਂ ਕੀ ਸੀ ਉਹ ਕੋਈ ਜੱਦੀ ਸਰਦਾਰ ਨਹੀਂ ਜਿਹੜੇ ਬੰਦੇ 20-20 ਲੱਖ 30-30 ਲੱਖ 50-50 ਲੱਖ ਦੇ ਘੋੜੇ ਵੀ ਖਰੀਦ ਕਰਦੇ ਹੈ 50 ਲੱਖ ਦਾ ਲੈਂਦੇ ਆ ਕੋਈ 50 ਦਾ ਹਰੇਕ ਨੂੰ ਆਪੋ ਆਪਦਾ ਉਹੀ ਚੰਗਾ ਲੱਗਦਾ ਜੀ ਜਿੰਨੀ ਉਹਦੀ ਔਕਾਤ ਅਤੇ ਜਿੰਨੀ ਉਹਦੀ ਹੈਸੀਅਤ ਹੈ ਉਹਨੂੰ ਉਹਦੇ ਮੁਤਾਬਕ ਹੀ ਚੰਗਾ ਵਰਨਾ ਇਹਦਾ ਆਪਦਾ ਬੈਕਗਰਾਉਂਡ ਦੇਖੇ ਵੀ ਅੱਜ ਤੋਂ 3 ਸਾਲ ਪਹਿਲਾਂ ਇਹਦੇ ਕੋਲ ਕੀ ਸੀ ਜੇਕਰ ਇਹਨੂੰ ਰੋਟੀ ਪਾਇਆ ਉਹ ਇੱਕ ਘੋੜਿਆਂ ਵਾਲੇ ਜੋ ਵੀਡੀਓ ਬਣਾਉਣ ਲੱਗਿਆ ਉਹਨੇ ਹੀ ਰੋਟੀ ਪਾਇਆ ਇਹਦਾ ਮਤਲਬ ਇਹ ਨਹੀਂ ਵੀ ਉਹ ਜਿੱਦੀ ਸਰਦਾਰ ਇਸ ਕਰਕੇ ਆਪਦੀ ਵੀਡੀਓ ਜਿਹੜੀ ਇਹਦੀ ਆਪਦੀ ਵਿੱਚ ਇੱਕ ਵੀਡੀਓ ਆਡੀਓ ਬਣਾਈ ਹੈ ਵੀ ਜਿਹੜੇ ਮੈਨੂੰ ਇੱਕ ਬਹੁਤ ਪੁਰਾਣੀ ਸਾਡੇ ਟੈਂਟ ਦੇ ਮੂੰਹ ਇਹਦੀ ਇੱਕ ਲਾਲ ਰੰਗ ਦੀ ਕਾਰ ਬੰਦ ਹੋਈ ਧੱਕਾ ਲਾ ਕੇ ਪੈਟਰੋਲ ਦੀ ਲੀਰ ਲਾ ਕੇ ਸਟਾਰਟ ਕਰਕੇ ਦਿੱਤੀ ਅਤੇ ਆ ਕੇ ਇਹਨੇ 2 ਬੰਦਿਆਂ ਦੇ ਗੋਡੀ ਹੱਥ ਲਾਏ ਮੈਂ ਚੈਨਲ ਚਲਾਇਆ ਬਣਾਇਆ ਇਸ ਕਰਕੇ ਉਹਨੂੰ ਸਟਾਰਟ ਕਰਾਓ ਅਤੇ ਮੇਰੀ ਮਦਦ ਕਰੋ ਉਹ ਦਿਨ ਬੜਾ ਦੂਰ ਸੀ ਜਿਹੜੇ ਭੁੱਲ ਵੀ ਗਿਆ ਅੱਜ ਇਸ ਕਰਕੇ
ਜੋ ਬਾਕੀ ਥੋੜਾ ਬਹੁਤਾ ਜੋ ਵਿਚਾਰ ਹੈ ਉਹ ਮਾਈ ਜੀ ਹੋਣੀ ਦੇ। दस दिन पहला तोड़े नाल वो मतलब वॉइस रिकॉर्डिंग आई सी तुहानू ही टाइम दिता सी 9 बजे सवेरे तुहाडे फार्म दा। चलो उस तो बाद सारे घोड़ा प्रेमी ने कहा चलो एक सांझी जगह से अपना इकट्ठ रखा जाए 21 तरीक न मतलब ये इकट्ठ रखा गया जो अज है जी 18 तरीक न मीटिंग हुई आ उस दे विच तुहानू इनवाइट किया गया जां किवें तुहाडी कोई गलबात तुहाडी है सी पता जी 18 तरीक नूं शाम नूं जदों ने इकट्ठ किया सी मैनूं फोन आया जी फोन ते मैनूं परमिंदर बैवल कहा सी तुसीं आ जाओ जी भी आपां सारी गल इत्थों निबेड़ जी मैं कहा हुण तुसीं सारे सियाणे बंदे बैठे हो जी भी तुसीं जे सॉरी मंगदा जे गलती आपदी मंगदा जी भी तुसीं नैट ते पा दो गल खत्म जी ਉਹ ਕਹਿੰਦੇ ਨਹੀਂ ਆਪਾਂ ਬਹਿ ਕੇ ਗੱਲ ਕਰਨੀ ਹੈ ਤੁਸੀਂ ਆਓ ਮੈਂ ਜੀ ਪਹੁੰਚਿਆ ਨਹੀਂ ਪਹਿਲਾਂ ਇਹਨੇ 2 ਵਾਰੀ ਕੋਸ਼ਿਸ਼ ਕੀਤੀ ਮਿਲਣ ਦੀ ਮੈਨੂੰ ਕਹਿੰਦੇ ਆਪਾਂ ਇਕੱਲੇ ਨੂੰ ਮਿਲਦੇ ਇਕੱਲੇ ਤੋਂ ਗਲਤੀ ਮਿਲਾ ਲਿਆ ਮੈਂ ਕਿਹਾ ਜੀ ਮੇਰਾ ਇਕੱਲੇ ਦਾ ਮਾਮਲਾ ਨਹੀਂ ਇਹ ਮਾਮਲਾ ਸਾਰੇ ਜਿੰਨੇ ਵੀ ਘੋੜੇ ਹੌਸਲਾ ਬਣੇ ਸਾਰਿਆਂ ਦਾ ਠੀਕ ਹੈ ਜੀ ਵੀ ਮੈਂ ਇਕੱਲਾ ਨਹੀਂ ਮਿਲ ਸਕਦਾ ਵੀ ਸਾਰਿਆਂ ਦੇ ਨਾਲ ਹੀ ਮਿਲਾਂਗੇ ਇਹਨੇ ਮੈਨੂੰ ਕਈ ਵਾਰ ਕੋਸ਼ਿਸ਼ ਕੀਤੀ ਮਿਲਣ ਜਿਹੜੀ 18 ਤਰੀਕ ਵਾਲੀ ਮੀਟਿੰਗ ਹੋਈ ਆ ਇਹ ਹੋਰ ਕਿਸੇ ਨੂੰ ਤਾਂ ਨਹੀਂ ਪਤਾ ਸੀਗਾ ਜਾਂ ਤੁਹਾਨੂੰ ਫੋਨ ਆਇਆ ਜਾਂ ਇੱਕਾ ਦੋਕਾ ਨੂੰ ਹੋਰ ਨੂੰ ਫੋਨ ਆਇਆ ਹਾਂਜੀ ਹਾਂਜੀ ਇਹਦੇ ਬਾਰੇ ਨਹੀਂ ਹੋਰ ਕਿਸੇ ਨੂੰ ਪਤਾ ਨਹੀਂ ਹੁਣ ਆਪਾਂ ਨੈਕਸਟ ਸੰਡੇ ਦੀ ਮੀਟਿੰਗ ਦੁਬਾਰਾ ਰੱਖੀ ਆ 3 ਵਜੇ ਦੀ ਮੁੱਕੇ ਜੇ ਬਾਈ ਚਾਂਸ ਇਹਦੇ ਵਿੱਚ ਵਿਚਕਾਰ ਕੋਈ ਰੱਖਦਾ ਮੀਟਿੰਗ ਜਾਂ ਉਹਦਾ ਫਿਰ ਨਹੀਂ ਜੀ ਕੋਈ ਮੀਟਿੰਗ ਰੱਖ ਸਕਦਾ ਦੇਖੋ ਇਹ ਸਾਰੇ ਘੋੜਾ ਪ੍ਰੇਮੀ ਇੱਥੇ ਬੈਠੇ ਕਿਤੇ ਕੱਲ ਨੂੰ ਫੇਰ ਕੋਈ 10 ਬੰਦੇ ਉੱਠ ਕੇ ਹੋਣ ਜੀ ਚਲੋ ਆਪਾਂ ਮੰਗਲਵਾਰ ਬੁੱਧਵਾਰ ਨੂੰ ਰੱਖ ਲੈਣੇ ਕੋਈ ਗੱਲ ਨਹੀਂ ਉਦੋਂ ਕੋਈ ਫਿਰ ਜੀ ਜਿੰਨੀ ਹੈ ਸਾਰੀ ਸੰਗਤ ਬੈਠੀ ਹੈ ਫਿਰ ਉਹਨਾਂ ਦਾ ਵਿਰੋਧ ਕਰਾਂਗੇ ਅਸੀਂ ਨਹੀਂ 10 ਬੰਦੇ 10 ਬੰਦੇ ਵੱਡੇ ਨੇ ਜਾਂ